ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ ਅਤੇ ਫੇਸਬੁੱਕ ਪੇਜ 'ਤੇ ਸਵਾਗਤ ਹੈ ਜੀ। ਅੱਜ ਆਹ ਵੀਡੀਓ ਲੈ ਕੇ ਆਏ ਹਾਂ, ਪਟਿਆਲਾ ਸ਼ਾਹੀ ਪੱਗ ਜਿਹਦੀ ਲੈਤ ਹੈਗੀ ਆ 7.5 ਮੀਟਰ, ਅਤੇ ਜਿਹੜਾ ਕੱਪੜਾ ਉਹ ਆਪਾਂ ਨੇ ਫੁੱਲ ਵੈਲ ਵਰਤਿਆ, ਜਿਹੜਾ ਕਿ ਆਪਾਂ ਨੇ ਪਹਿਲਾਂ ਲੜਵਾਉਣਾ ਸਿਰ ਦੇ ਸੈਂਟਰ 'ਚੋਂ ਲਿਆ ਕੇ ਪੂੰਜ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਬੰਦ ਪਾਸਾ ਉੱਤੇ ਰੱਖ ਕੇ ਉਸ ਲੜ ਨੂੰ ਇੱਕ ਗੈਰ ਥੱਲਿਓਂ ਫੋਲਡ ਕਰਕੇ ਉਸ ਲੜ ਨੂੰ ਚੰਗੀ ਤਰ੍ਹਾਂ ਮੋਟਾ ਕਰਕੇ, ਮੋਟਾ ਕਰਨ ਤੋਂ ਬਾਅਦ ਉਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਸਾਫ਼ ਕਰਕੇ ਜਿਹੜਾ ਉਸ ਲੜ ਨੂੰ ਲਗਾ ਦੇਣਾ। ਅਤੇ ਜਿਹੜਾ ਕਿ ਆਪਾਂ ਨੇ ਦੂਜੇ ਲੜ ਲਗਾਉਣਾ ਪੂਣੀ ਦਾ ਜਿਹੜਾ ਖੁੱਲ੍ਹਦਾ ਪਾਸਾ ਉਸਨੂੰ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸਨੂੰ ਉੱਤੇ ਰੱਖ ਕੇ ਇਸ ਲੜ ਨੂੰ ਇੱਕ ਗੈਰ ਹਲਕਾ ਜਿਹੜਾ ਫੋਲਡ ਕਰਕੇ, ਫੋਲਡ ਕਰਨ ਤੋਂ ਬਾਅਦ ਇੱਕ ਗੈਰ ਇਸ ਲੜ ਨੂੰ ਹਲਕਾ ਖਿੱਚਣ ਤੋਂ ਬਾਅਦ ਇਸ ਲੜ ਨੂੰ ਡਬਲ ਫੋਲਡ ਕਰਕੇ ਇਸ ਲੜ ਦੇ ਵਿੱਚ ਐਨ ਪ੍ਰੋਪਰ ਜਿਹੜਾ ਬਾਈ ਫੇਰ ਕੇ ਬੈਗ ਤੱਕ ਇਸ ਲੜ ਨੂੰ ਜਿਹੜਾ ਸਾਫ਼ ਕਰਕੇ ਚੰਗੀ ਤਰ੍ਹਾਂ ਲਗਾ ਦੇਣਾ। ਅਤੇ ਜਿਹੜਾ ਕਿ ਅਗਲਾ ਲੜ ਲਗਾਉਣਾ ਆਪਾਂ ਜਿਸ ਤਰ੍ਹਾਂ ਆਪਾਂ ਨੇ ਜਿਹੜਾ ਦੂਸਰਾ ਲੜ ਲਗਾਇਆ ਉਸ ਤਰ੍ਹਾਂ ਜਿਹੜਾ ਆਪਾਂ ਨੇ ਜਿਹੜਾ ਤੀਸਰਾ ਲੜਾ ਉਹ ਲਗਾਉਣਾ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸਨੂੰ ਉੱਤੇ ਰੱਖ ਕੇ ਇਸ ਲੜ ਨੂੰ ਇੱਕ ਵਾਰ ਫੋਲਡ ਕਰਨ ਤੋਂ ਬਾਅਦ ਤੁਸੀਂ ਨੇ ਡਬਲ ਇਸ ਲੜ ਨੂੰ ਜਿਹੜਾ ਡਬਲ ਫੋਲਡ ਕਰ ਦੇਣਾ। ਡਬਲ ਫੋਲਡ ਕਰਨ ਤੋਂ ਬਾਅਦ ਉੱਤੇ ਤੱਕ ਬੈਕ ਤੱਕ ਜਿਹੜਾ ਆਪਾਂ ਨੇ ਚੰਗੀ ਤਰ੍ਹਾਂ ਜਿਹੜਾ ਸਾਫ਼ ਆ ਉਹ ਕਰਕੇ ਇਸ ਲੜ ਦੇ ਵਿੱਚ ਜਿਹੜਾ ਬਾਜ਼ ਆਪਾਂ ਨੇ ਹੁਣ ਫੇਰ ਲੈਣਾ ਚੰਗੀ ਤਰ੍ਹਾਂ। ਇਸ ਲੜ ਦੀ ਜਿਹੜਾ ਸਫਾਈ ਆ ਬੈਕ ਤੱਕ ਆ ਜਿਹੜੇ ਪ੍ਰੋਪਰ ਉਹਨੇ ਕਰਨੀ ਆ, ਬੈਕ ਤੱਕ ਆਪਣੇ ਸਾਫ਼ ਲੜ ਨੂੰ ਕਰਨ ਤੋਂ ਬਾਅਦ ਜਿਹੜਾ ਆਪਾਂ ਨੇ ਇਸ ਲੜ ਨੂੰ ਲਗਾ ਦੇਣਾ। ਆਪਾਂ ਨੇ ਜਿਹੜਾ ਸਾਰੇ ਲੜਾਂ ਦਾ ਜਿਹੜਾ ਫਾਸਲਾ ਉਹ ਆਪਾਂ ਨੇ ਸੇਮ ਰੱਖਣਾ, ਕਿਸੇ ਲੜ ਦਾ ਵੀ ਜਿਹੜਾ ਫਾਸਲਾ ਉਹ ਆਪਾਂ ਨੇ ਵੱਧ ਘੱਟ ਨਹੀਂ ਕਰਨਾ। ਅਤੇ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸਨੂੰ ਉੱਤੇ ਰੱਖ ਕੇ ਇਸ ਲੜ ਨੂੰ ਇੱਕ ਗੈਰ ਅੰਗੂਠੇ ਦੀ ਮਦਦ ਨਾਲ ਫੋਲਡ ਕਰਕੇ ਇਸ ਲੜ ਨੂੰ ਫਿਰ ਤੋਂ ਜਿਹੜਾ ਇੱਕ ਗੈਰ ਡਬਲ ਫੋਲਡ ਕਰਕੇ ਫਿਰ ਤੋਂ ਜਿਹੜਾ ਗੈਰ ਖਿੱਚ ਕੇ ਇਸ ਲੜ ਨੂੰ ਜਿਹੜਾ ਚੰਗੀ ਤਰ੍ਹਾਂ ਫੋਲਡ ਕਰ ਦੇਣਾ। ਫੋਲਡ ਕਰਨ ਤੋਂ ਬਾਅਦ ਇੱਕ ਗੈਰ ਉੱਤੋਂ ਫੋਲਡ ਕਰਕੇ ਇਸ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਹੁਣ ਆਪਾਂ ਨੇ ਜਿਹੜਾ ਸਾਫ਼ ਉਹ ਕਰ ਲੈਣਾ ਪ੍ਰੋਪਰ ਸਾਰੇ ਲੜ ਦੇ ਵਿੱਚ ਜਿਹੜੇ ਬਲ ਨੇ ਆਪਾਂ ਨੇ ਕੱਢ ਕੇ ਇਸ ਲੜ ਨੂੰ ਜਿਹੜਾ ਆਪਾਂ ਨੇ ਲਗਾ ਦੇਣਾ। ਬੈਗ 'ਤੇ ਵੀ ਜਿਹੜਾ ਤੁਸੀਂ ਨੇ ਪ੍ਰੋਪਰ ਜਿਹੜਾ ਆਪਾਂ ਨੇ ਬਾਇਆ ਆਪਾਂ ਨੇ ਜਿਹੜਾ ਬੈਗ ਤੱਕ ਚੰਗੀ ਤਰ੍ਹਾਂ ਜਿਹੜਾ ਆਪਾਂ ਫੇਰ ਲੈਣਾ, ਸਾਰੇ ਲੜ ਦੇ ਵਿੱਚ ਜਿਹੜੇ ਜਿੰਨੇ ਵੀ ਤੁਹਾਡੇ ਪਲ ਹੋਣਗੇ ਉਹ ਆਪਾਂ ਨੇ ਕੱਢ ਦੇਣੇ ਹਨ। ਅਤੇ ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਪੂਣੀ ਦਾ ਖੜਾ ਖੁੱਲ੍ਹਦਾ ਪਾਸਾ ਉਸਨੂੰ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸਨੂੰ ਉੱਤੇ ਰੱਖ ਕੇ ਇਸ ਲੜ ਨੂੰ ਹਲਕਾ ਜਿਹੜਾ ਆਪਾਂ ਨੇ ਅੰਗੂਠੇ ਦੀ ਮਦਦ ਨਾਲ ਗਰ ਫੋਲਡ ਕਰਕੇ ਇਸ ਲੜ ਨੂੰ ਡਬਲ ਫੋਲਡ ਜਿਹੜਾ ਜਿਹਨੇ ਫਿਰ ਤੋਂ ਗਰ ਖਿੱਚ ਕੇ ਤੁਸੀਂ ਇਸ ਲੜ ਨੂੰ ਜਿਹੜਾ ਆਪਾਂ ਨੇ ਡਬਲ ਫੋਲਡ ਕਰ ਦੇਣਾ। ਡਬਲ ਫੋਲਡ ਕਰਨ ਤੋਂ ਬਾਅਦ ਇੱਕ ਵਾਰ ਇਸ ਲੜ ਨੂੰ ਹਲਕਾ ਜਿਹਾ ਉੱਤੋਂ ਫੋਲਡ ਕਰਕੇ ਇਸ ਲੜ ਨੂੰ ਵੀ ਬੈਕ ਤੱਕ ਚੰਗੀ ਤਰ੍ਹਾਂ ਜਿਹੜਾ ਸਾਫ਼ ਆਪਾਂ ਨੇ ਕਰ ਦੇਣਾ। ਇਸ ਲੜ ਦੇ ਵਿੱਚ ਵੀ ਐਨ ਬੈਕ ਤੱਕ ਜਿਹੜਾ ਪ੍ਰੋਪਰ ਜਿਹੜਾ ਤੁਸੀਂ ਨੇ ਬਾਜ਼ ਆਪਾਂ ਨੇ ਫੇਰ ਲੈਣਾ। ਚੰਗੀ ਤਰ੍ਹਾਂ ਆਪਾਂ ਨੇ ਸਾਰੇ ਲੜਾਂ ਦੇ ਵਿੱਚ ਜਿਹੜਾ ਬਾਜ਼ ਆਪਾਂ ਨੇ ਫੇਰ ਲੈਣਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਜਿਹੜਾ ਆਪਾਂ ਨੇ ਸਾਰੇ ਲੜਾਂ ਦੀ ਜਿਹੜੀ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ, ਕਿਸੇ ਲੜ ਦੀ ਵੀ ਜਿਹੜੀ ਮੋਟਾਈ ਆ ਉਹ ਆਪਾਂ ਨੇ ਜਿਹੜੀ ਵੱਧ ਘੱਟ ਨਹੀਂ ਰੱਖਣੀ। ਜਿਹੜਾ ਕਿ ਆਪਾਂ ਨੇ ਅਗਲਾ ਲੜ ਲਗਾਉਣਾ ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਵਾਲੇ ਲੜ ਲਗਾਏ ਹਨ ਉਸੇ ਤਰ੍ਹਾਂ ਜਿਹੜਾ ਆਪਾਂ ਨੇ ਅਗਲਾ ਲੜਾ ਲਗਾਉਣਾ ਪੂਣੀ ਦਾ ਖੁੱਲ੍ਹਦਾ ਪਾਸਾ ਥੱਲੇ ਰੱਖ ਕੇ ਅਤੇ ਜਿਹੜਾ ਬੰਦ ਪਾਸਾ ਉਸਨੂੰ ਉੱਤੇ ਰੱਖ ਕੇ ਇਸ ਲੜ ਨੂੰ ਗਰ ਖਿੱਚ ਕੇ ਹਲਕਾ ਜਿਹਾ ਥੱਲਿਓਂ ਇਸ ਲੜ ਦੇ ਜਿੰਨੇ ਵੀ ਤੁਹਾਡੇ ਵਾਲ ਹੋਣਗੇ ਹਲਕੇ ਖਿੱਚ ਲੈਣੇ ਹਨ।
ਚੰਗੀ ਤਰ੍ਹਾਂ ਇਸ ਲੜ ਨੂੰ ਜਿਹੜਾ ਆਪਾਂ ਨੇ ਸਾਫ ਕਰਕੇ ਜਿਹੜਾ ਲਗਾਉਣਾ ਇਸ ਲੜ ਦੇ ਵਿੱਚ, ਇਸ ਲੜ ਨੂੰ ਅੰਗੂਠੇ ਦੀ ਮਦਦ ਨਾਲ ਜਿਹੜਾ ਫੋਲਡ ਕਰਕੇ, ਅੰਗੂਠੇ ਦੀ ਮਦਦ ਨਾਲ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਜਿਹੜਾ ਬੈਕ ਤੱਕ ਚੰਗੀ ਤਰ੍ਹਾਂ ਆਪਾਂ ਨੇ ਜਿਹੜਾ ਬਾਜ ਆ ਉਹ ਆਪਾਂ ਨੇ ਫੇਰਨਾ। ਸਾਰੇ ਲੜ ਨੂੰ ਬੈਕ ਤੱਕ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਆਪਾਂ ਨੇ ਸਾਫ ਕਰਕੇ ਜਿਹੜਾ ਲਗਾਉਣਾ। ਹੁਣ ਜਿਹੜਾ ਉੱਤੋਂ ਵੀ ਜਿਹੜਾ ਆਪਾਂ ਨੇ ਪੇਜ ਆ ਉਹ ਆਪਾਂ ਨੇ ਸੈੱਟ ਕਰ ਲੈਣਾ। ਹੁਣ ਉਤਲੇ ਪੇਜ, ਉਤਲੇ ਪੇਜ ਦੇ ਵੀ ਜਿਹੜਾ ਆਪਾਂ ਹੱਕ ਬਾਜ ਬਾਜ ਜਿਹੜਾ ਆਪਾਂ ਨੇ ਸਾਰੇ ਪੇਜਾਂ ਦੇ ਵਿੱਚ ਜਿਹੜਾ ਫੇਰ ਲੈਣਾ। ਉਤਲੇ ਪੇਜਾਂ ਦਾ ਵੀ ਜਿਹੜਾ ਆਪਾਂ ਨੇ ਫਾਸਲਾ ਆਪਾਂ ਨੇ ਸੇਮ ਰੱਖਣਾ, ਅਤੇ ਉਤਲੇ ਪੇਜਾਂ ਦੀ ਮੋਟਾਈ ਆ ਉਹ ਵੀ ਜਿਹੜੀ ਆਪਾਂ ਨੇ ਸੇਮ ਰੱਖਣੀ ਆ। ਹੁਣ ਜਿਹੜਾ ਕਿ ਆਪਾਂ ਨੇ ਛੇਵਾਂ ਲੜ ਲਗਾਇਆ ਸੀ ਉਸ ਲੜ ਦੇ ਵਿੱਚ ਵੀ ਜਿਹੜਾ ਬਾਜ ਪੇਜ ਉਸ ਲੜ ਦੀ ਜਿਹੜੀ ਸਫਾਈ ਆ ਉਹ ਆਪਾਂ ਨੇ ਕਰ ਲੈਣੀ ਚੰਗੀ ਤਰ੍ਹਾਂ। ਆਪਾਂ ਨੇ ਸਾਰੇ ਲੜ ਦੀ ਜਿਹੜੀ ਪ੍ਰੋਪਰ ਜਿਹੜੀ ਸਫਾਈ ਆ ਆਪਾਂ ਨੇ ਕਰਨੀ। ਹੁਣ ਆਪਾਂ ਚੰਗੀ ਤਰ੍ਹਾਂ ਸਾਰੇ ਲੜਾਂ ਦੇ ਵਿੱਚ ਜਿਹੜਾ ਬੈਗ ਤੱਕ ਤੋਂ ਜਿਹੜਾ ਬਾਜ ਆਪਾਂ ਨੇ ਚੰਗੀ ਤਰ੍ਹਾਂ ਫੇਰਨਾ। ਜਿਹੜੇ ਵੀ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਨਾ। ਲੋਕ ਦੇ ਕੋਲੋਂ ਵੀ ਜਿਹੜੇ ਆਪਣੇ ਸਾਰੇ ਲੜਦੇ ਜਿਹੜੇ ਚੰਗੀ ਤਰ੍ਹਾਂ ਜਿਹੜੇ ਸੈਟ ਨੇ ਉਹ ਕਰ ਲੈਣੇ ਹਨ। ਜਿਹੜਾ ਕਿ ਆਪਾਂ ਨੇ ਪੱਗ ਪਿੰਨ ਲਗਾਉਣਾ, ਪੱਗ ਪਿੰਨ ਨੂੰ ਨੱਕ ਦੀ ਸੇਹ ਦੇ ਵਿੱਚ ਲਗਾ ਕੇ ਪੱਗ ਪਿੰਨ ਨੂੰ ਅੱਧਾ ਅੰਦਰ ਅਤੇ ਅੱਧਾ ਬਾਹਰ ਰੱਖ ਕੇ ਉਸ ਪੱਗ ਪਿੰਨ ਜਿਹੜਾ ਆਪਾਂ ਨੇ ਲਗਾਉਣਾ। ਅਤੇ ਜਿਹੜਾ ਕਿ ਆਪਾਂ ਨੇ ਕਲਗੀ ਲੜ ਲਗਾਉਣਾ, ਕਲਗੀ ਲੜ ਨੂੰ ਖੂਣੀ ਉਸਦੀ ਖੋਲ੍ਹ ਕੇ ਇੱਕ ਪੱਲਾ ਜਿਹੜਾ ਥੜਦਾ ਉਸਨੂੰ ਉੱਤੇ ਚੱਕ ਕੇ ਉਤਲੇ ਪੱਲੇ ਨੂੰ ਥੱਲੇ ਰੱਖ ਥੱਲੇ ਨੂੰ ਫੋਲਡ ਕਰਕੇ ਉਸ ਲੜ ਦੀ ਜਿਹੜੀ ਇੱਕ ਟੈਪ ਦੀ ਜਿਹੜੀ ਆਪਾਂ ਨੇ ਪੂਣੀ ਉਹ ਬਣਾ ਲੈਣੀ। ਉਸ ਲੜ ਨੂੰ ਜਿਹੜਾ ਸਾਫ਼ ਕਰਕੇ ਜਿਹੜਾ ਉਸ ਲੜ ਦੇ ਵਿੱਚ ਜਿੰਨੇ ਵੀ ਤੁਹਾਡੇ ਵਾਲ ਹੋਣਗੇ ਉਹ ਆਪਾਂ ਨੇ ਕੱਢ ਦੇਣੇ ਹਨ। ਅਤੇ ਜਿਹੜੇ ਕਿ ਉੱਤੇ ਵਾਲ ਹੋਣਗੇ ਉਹ ਵੀ ਜਿਹੜੇ ਆਪਾਂ ਨੇ ਬਾਜ ਦੀ ਮਦਦ ਨਾਲ ਜਿਹੜੇ ਆਪਾਂ ਨੇ ਕੱਢ ਦੇਣੇ ਹਨ। ਅਤੇ ਜਿਹੜਾ ਕਲਗੀ ਲੜ ਨੂੰ ਪੱਗ ਪੈਂਦੇ ਜਿਹੜਾ ਆਪਾਂ ਥੱਲੇ ਜੀ ਲਿਆ ਕੇ ਉਸਨੂੰ ਸੱਜੇ ਪਾਸੇ ਵੱਲੋਂ ਘੁਮਾਉਣ ਤੋਂ ਬਾਅਦ ਤੁਸੀਂ ਨੇ ਹਲਕਾ ਜਿਹੜਾ ਉਸ ਲੜ ਨੂੰ ਖੋਲ੍ਹ ਕੇ ਉਸ ਲੜ ਨੂੰ ਜਿਹੜਾ ਆਪਾਂ ਨੇ ਸ਼ੇਪ ਦੇ ਕੋਲ ਜਿਹੜਾ ਚੰਗੀ ਤਰ੍ਹਾਂ ਦੱਬਣਾ। ਜਿਹੜੇ ਵੀ ਲੜਾ ਜਿਹੜਾ ਢਿੱਲਾ ਰਹਿੰਦਾ ਤੁਸੀਂ ਉਸ ਲੜ ਦੇ ਉੱਤੇ ਜਿਹੜੇ ਪੱਗ ਪੈਨ ਹੋ ਉਹ ਲਗਾ ਸਕਦੇ ਹੋ, ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉਹ ਢਿੱਲਾ ਨਹੀਂ ਹੋਵੇਗਾ। ਚੰਗੀ ਤਰ੍ਹਾਂ ਆਪਾਂ ਨੇ ਉਹਨਾਂ ਜਿਹੜਾ ਸੈੱਟ ਕਰਕੇ ਜਿਹੜਾ ਆਪਾਂ ਨੇ ਲੜਾ ਲਗਾਉਣਾ। ਪ੍ਰੋਪਰ ਜਿਹੜਾ ਇਸ ਲੜ ਨੂੰ ਸ਼ੇਪ ਦੇ ਕੋਲ ਜਿਹੜਾ ਚੰਗੀ ਤਰ੍ਹਾਂ ਦੱਬ ਦੇਣਾ। ਜਿਹੜੀ ਹਲਕੀ ਜਿਹੜੀ ਤੁਹਾਡੀ ਸ਼ੇਪ ਆ ਉਹ ਵੀ ਜਿਹੜੀ ਆਪਾਂ ਨੇ ਜਿਹੜੀ ਸੈੱਟ ਆ ਕਰ ਲੈਣੀ। ਜੇਕਰ ਤੁਹਾਡਾ ਲੜ ਦੇ ਉੱਤੇ ਜਿਹੜਾ ਤੁਸੀਂ ਉਸ ਲੜ ਜਿਹੜਾ ਕਰ ਤੁਹਾਡਾ ਲੜ ਜਿਹੜਾ ਵੱਡਾ ਜਾਂਦਾ ਤੁਸੀਂ ਉਸਦੇ ਉੱਤੇ ਜਿਹੜਾ ਡਬਲ ਪੱਗ ਪੈ ਲਗਾ ਸਕਦੇ ਹੋ, ਉਹਦੇ ਕਰਕੇ ਤੁਹਾਡਾ ਲੜ ਆ ਉਹ ਸਹੀ ਲੱਗ ਜਾਊਗਾ। ਹੁਣ ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਜਿਹੜੀ ਪੱਗ ਸੈਟਿੰਗ ਉਹ ਕਰ ਲੈਣੀ। ਜਿਹੜਾ ਛੇਵਾਂ ਲੜ ਉੱਤੇ ਛੇਵਾਂ ਲੜ ਦੇ ਉੱਤੇ ਵੀ ਜਿਹੜਾ ਬਾਜ ਆ ਚੰਗੀ ਤਰ੍ਹਾਂ ਜਿਹੜਾ ਆਪਾਂ ਨੇ ਫੇਰ ਲੈਣਾ। ਹੁਣ ਸਾਰੇ ਲੜਾਂ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਪ੍ਰੋਪਰ ਜਿਹੜਾ ਬਾਜ ਫੇਰ ਕੇ ਸਾਰੇ ਲੜਾਂ ਦੇ ਬੈਗ ਤੱਕ ਚੰਗੀ ਤਰ੍ਹਾਂ ਜਿਹੜੇ ਬਲ ਨੇ ਉਹ ਆਪਾਂ ਨੇ ਕੱਢ ਦੇਣੇ ਹਨ। ਜਿਹੜਾ ਕਿ ਆਪਾਂ ਨੇ ਸਿਰ ਢੱਕਣਾ, ਉਸ ਜਿਹੜੇ ਸਿਰ ਦੇ ਸੈਂਟਰ ਦੇ ਵਿੱਚੋਂ ਜਿਹੜਾ ਆਪਾਂ ਨੇ ਪਹਿਲਾਂ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰੇ ਜਿਹੜਾ ਆਪਾਂ ਨੇ ਸਿਰ ਦੇ ਉੱਤੇ ਜਿਹੜਾ ਕਵਰ ਕਰ ਦੇਣਾ। ਪੂਰੇ ਸਿਰ ਦੇ ਕਵਰ ਕਰਨ ਤੋਂ ਬਾਅਦ ਉਸਨੇ ਲੜਾਂ ਦੇ ਅੰਦਰ ਜਿਹੜਾ ਉਸਦੇ ਜਿਹੜੇ ਕੱਪੜੇ ਨੂੰ ਦੇ ਦੇਣਾ।
ਕੱਪੜੇ ਨੂੰ ਦੇਣ ਤੋਂ ਬਾਅਦ ਪਿਛਲੇ ਲੜ ਨੂੰ ਖਿੱਚ ਕੇ ਗਲ ਫਿਰ ਤੋਂ ਜਿਹੜਾ ਸਿਰ ਢੱਕ ਦੇਣਾ ਅਤੇ ਪਿਛਲੇ ਲੜ ਨੂੰ ਦੋਨਾਂ ਸਾਈਡਾਂ ਤੋਂ ਫੋਲਡ ਕਰਕੇ ਚੰਗੀ ਤਰ੍ਹਾਂ ਬੈਕ 'ਤੇ ਉਹਨੂੰ ਦੱਬ ਦੇਣਾ। ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ। ਵੀਡੀਓ ਦੇਖਣ ਲਈ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।